ਦਸੂਆ ਵਿੱਚ ਅੱਜ ਲੋਕ ਨਿਰਮਾਣ ਮੰਤਰੀ ਨੇ 9,50,00,000 ਦੀ ਲਾਗਤ ਨਾਲ ਦਸੂਆ ਕਮਾਈ ਦੇਵੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ 20 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ 26 ਸਤੰਬਰ 2024 ਤੱਕ ਮੁਕੰਮਲ ਹੋ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ETO ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਨੂੰ ਨਵਾਂ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਵਿੱਚ ਕੋਈ ਵੀ ਕਾਲਾ ਧੱਬਾ ਨਹੀਂ ਛੱਡਿਆ ਜਾਵੇਗਾ। ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਲੋਕ ਨਿਰਮਾਣ ਮੰਤਰੀ ਦੇ ਉਪਰਾਲੇ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਲਾਕੇ ਵਿੱਚ ਸੜਕਾਂ ਦਾ ਜਾਲ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਦਸੂਆ ਵਿਧਾਨ ਸਭਾ ਹਲਕੇ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਹਾਂਜੀ, ਮੈਂ ਅੱਜ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਵਿਸ਼ੇਸ਼ ਤੌਰ 'ਤੇ ਸਾਡੇ ਲੋਕ ਸੰਪਰਕ ਮੰਤਰੀ ਸਾਡੇ ਸਰਦਾਰ ਹਰਭਜਨ ਸਿੰਘ ਜੀ ETO ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦਸੂਏ ਨੂੰ ਇੱਕ ਬਹੁਤ ਵੱਡੀ ਸੁਗਾਤ ਦਿੱਤੀ ਹੈ ਔਰ ਦਸੂਏ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਹੈ। ਦਸੂਆ ਤੋਂ ਕਮਾਈ ਦੇਵੀ ਜਿਹੜਾ ਰੋਡ ਆ ਵਾਇਆ ਰਾਮਪੁਰ ਜਿਹੜਾ ਹੋ ਕੇ ਜਾਂਦਾ ਉਹਦੀ ਅੱਜ ਜਿਹੜੀ ਨਵਾਂ ਬਣਾਉਣ ਦੀ ਜਿਹੜੀ ਸ਼ੁਰੂਆਤ ਹੈ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ ਔਰ ਮੈਂ ਸਮੁੱਚੇ ਦਸੂਏ ਵਾਸੀਆਂ ਵੱਲੋਂ ਇਹਨਾਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਦਸੂਏ ਹਲਕੇ ਦਾ ਜਿੱਥੇ ਖਿਆਲ ਰੱਖਿਆ ਔਰ ਤਕਰੀਬਨ 9.5 ਕਰੋੜ ਦੀ ਲਾਗਤ ਨਾਲ ਜਿਹੜੀ ਇਹ ਰੋਡ ਆ ਇਹ ਬਣ ਕੇ ਤਿਆਰ ਹੋਣੀ ਹੈ। ਬਹੁਤ ਜਲਦੀ ਲੋਕਾਂ ਨੂੰ ਇਹ ਨਵਾਂ ਰੋਡ ਜਿਹੜਾ ਤਿਆਰ ਹੋ ਕੇ ਮਿਲੇਗਾ ਔਰ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਔਰ ਆਪਣੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜੀ ਰੋਡ ਆ ਦਸੂਹਾ ਤੋਂ ਕਮਾਹੀ ਦੇਵੀ ਰੋਡ ਇੱਕ ਬਹੁਤ ਹੀ ਮਹੱਤਵਪੂਰਨ ਰੋਡ ਆ ਔਰ ਇਹਦੇ 'ਤੇ ਤੁਸੀਂ ਦੇਖਦੇ ਹੋ ਕਿ ਸਾਡੇ ਕਾਫੀ ਧਾਰਮਿਕ ਸਥਾਨ ਕਮਾਹੀ ਦੇਵੀ ਮੰਦਰ ਤੱਕ ਜਾਂਦੀ ਆ, ਬਾਬਾ ਲਾਲ ਦਿਆਲ ਜੀ ਮੰਦਰ ਵੀ ਇੱਥੇ ਹੀ ਆ। ਸੋ 2013 ਦੇ ਵਿੱਚ ਲਾਸਟ ਇਹ ਰੋਡ ਬਣੀ ਸੀਗੀ, ਜਦਕਿ ਰੂਲਸ ਇਹ ਕਹਿੰਦੇ ਨੇ ਕਿ ਹਰ ਰੋਡ ਲਗਭਗ 5 ਸਾਲ ਬਾਅਦ ਜਿਹੜੀ ਆ ਉਹ ਰਿਪੇਅਰ ਵਾਸਤੇ ਡਿਊ ਹੋ ਜਾਂਦੀ ਹੈ। ਤੋ ਉਸ ਤਰ੍ਹਾਂ ਦੇਖੀਏ ਤਾਂ 2018 'ਚ ਬਣਨੀ ਚਾਹੀਦੀ ਸੀਗੀ, ਪਰ ਬਿਲਕੁਲ ਹੀ ਕੋਈ ਧਿਆਨ ਜਿਹੜਾ ਇਹਦੇ ਵੱਲ ਨਹੀਂ ਦਿੱਤਾ ਗਿਆ। ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਅਤੇ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਰਿਪੇਅਰ ਵੀ ਕਰਨਾ ਆ ਔਰ ਜਿਹੜੀਆਂ ਚੌੜੀਆਂ ਵੀ ਕਰਨਾ ਜਿੱਥੇ ਜ਼ਰੂਰਤ ਆ। ਸੋ ਅਸੀਂ ਇਹਦੇ ਤਹਿਤ ਕੋਈ ਬਹੁਤ ਜਿਹੜੀਆਂ ਮਾੜੀਆਂ ਸੜਕਾਂ ਸੀਗੀਆਂ ਉਹਨਾਂ ਦੀ ਕੈਟਾਗਰਾਈਜੇਸ਼ਨ ਕੀਤੀ, ਕੁਝ PCI 1 ਚ ਆਈਆਂ, ਕੁਝ 2 ਚ ਆਈਆਂ। ਸੋ ਸਾਡੇ ਮਾਣਯੋਗ ਜਿਹੜੇ ਹਲਕਾ ਤੋਂ MLA ਸਾਹਿਬ ਨੇ ਸਰਦਾਰ ਕਰਮਵੀਰ ਸਿੰਘ ਘੁੰਮਣ ਸਾਹਿਬ, ਇਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਇਹ ਜਿਹੜੀ ਰੋਡ ਆ ਮੇਰੇ ਇਲਾਕੇ ਦੀ ਬੜੀ ਅਹਿਮ ਰੋਡ ਆ ਔਰ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਬਣਾਇਆ ਜਾਵੇ। ਸੋ ਮੈਨੂੰ ਯਾਦ ਆ ਕਿ ਸਮੇਂ 'ਤੇ ਜਦੋਂ ਵੀ ਅਸੀਂ ਮਿਲਦੇ ਹੁੰਦੇ ਸੀਗੇ ਉਦੋਂ ਇਸ ਰੋਡ ਦੀ ਜ਼ਿਆਦਾਤਰ ਗੱਲ ਹੁੰਦੀ ਸੀਗੀ। ਸੋ ਅਸੀਂ ਇਹਨੂੰ ਅੱਜ 4.5 ਕਰੋੜ ਰੁਪਏ 9 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਆ ਇਹਨੂੰ ਜਿਹੜਾ ਸਟਰੈਂਥਨ ਕਰਨ ਜਾ ਰਹੇ ਹਾਂ। ਜਿਹੜੀ ਕੁੱਲ ਇਹਦੀ ਲੰਬਾਈ ਆ ਉਹ ਲਗਭਗ 20.5 ਕਿਲੋਮੀਟਰ ਆ, ਜਿਹਦੇ ਵਿੱਚੋਂ ਕੁਝ ਸੜਕ ਜਿਹੜੀ ਆ ਉਹ 5.5 ਮੀਟਰ ਚੌੜੀ ਆ, ਅੱਗੇ ਜਾ ਕੇ 4.25 ਮੀਟਰ ਜਿਹੜੀ ਆ ਉਹ ਚੌੜੀ ਆ ਔਰ ਅਸੀਂ ਇਹਨੂੰ ਲਗਭਗ ਅਗਸਤ ਸਤੰਬਰ ਤੱਕ ਜਿਹੜਾ ਆ ਉਹ ਕੰਪਲੀਟ ਕਰ ਦਿਆਂਗੇ। ਜਦੋਂ ਇਹ ਸੜਕ ਕੰਪਲੀਟ ਹੋ ਗਈ, ਮੈਂ ਹੁਣੇ ਲੰਘ ਕੇ ਆਇਆ ਕਿ ਬਹੁਤ ਹੀ ਮਾੜਾ ਹਾਲ ਆ ਮੇਰਾ ਖਿਆਲ, ਲੋਕਾਂ ਨੇ ਘੁੰਮਣ ਸਾਹਿਬ ਇਹਦੇ ਵਿੱਚੋਂ ਲੰਘਣਾ ਵੀ ਬੰਦ ਕਰ ਦਿੱਤਾ ਸੀਗਾ ਇਹ ਰੋਡ ਤੋਂ। ਸੋ ਅਸੀਂ ਇਹਨੂੰ ਬਹੁਤ ਜਲਦ ਕੋਸ਼ਿਸ਼ ਦੇ ਵਿੱਚ ਹਾਂ ਕਿ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਇਹਨੂੰ ਠੀਕ ਕਰਕੇ ਲੋਕਾਂ ਦੇ ਜਿਹੜਾ ਹਵਾਲੇ ਕੀਤਾ।